પરમ સન્માનજોગ ગુરુરૂપખાલસાજી વાહેગુરુ દીકા ખાલસા વાહેગુરુ દીકી ફતે આજ મેં અમૃતસર ਤੋਂ હોશિયારપુર ਵੱਲ ਨੂੰ જા ਰਿਹਾ ਸੀ ਕਿ રસ્તે ਵਿੱਚ મેં દેખਿਆ ਕਿ ਕੁਝ ਪੰਜਾਬੀ ਨੌਜਵਾਨ 7-8 ਪੰਜਾਬੀ ਨੌਜਵਾਨ ਉਹ સિગਰਟਾਂ પી ਰਹੇ ਸਨ ਸੜਕੇ ਦੇ ਲਾਗੇ ਗੱਡੀ ਰੋਕ ਕੇ ਤੇ ਉਹ ਨੌਜਵਾਨ સિગਰਟਾਂ પી ਰਹੇ ਸਨ ਪਹਿਲਾਂ ਤਾਂ ਮੈਂ ਕੋਲੋਂ ਦੀ ਲੰਘ ਗਿਆ ਪਰ ਬਾਅਦ ਵਿੱਚ ਮੇਰੇ ਮਨ ਵਿੱਚ ਆਇਆ ਕਿ ਯਾਰ ਇਹ ਪੰਜਾਬ ਦੇ ਨੌਜਵਾਨ ਆ ਇਹ ਸਿੱਖਾਂ ਦੇ ਮੁੰਡੇ ਹੋਣਗੇ ਸਿੱਖਾਂ ਦੇ ਬੱਚੇ ਹੋਣਗੇ ਪਰ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਇਹਨਾਂ ਨੂੰ ਜ਼ਰੂਰ ਸਮਝਾਉਣਾ ਚਾਹੀਦਾ ਆ ਮੈਂ ਆਪਣੀ ਗੱਡੀ ਰੋਕੀ ਮੈਂ ਫਿਰ ਵਾਪਸ ਹੋਇਆ ਉਹ ਨੌਜਵਾਨ ਬੜੇ ਹੈਰਾਨ ਜੇ ਹੋਏ ਕਿ ਇਹ ਗੱਡੀ ਵਾਪਸ ਕਿਉਂ ਆ ਰਹੀ ਏ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਜਿਹਾ ਵੀ ਪੈਦਾ ਹੋਇਆ ਕਿ ਗੱਡੀ ਉੱਤੇ ਦਮਦਮੀ ਟਕਸਾਲ ਲਿਖਿਆ ਆ ਕਿ ਪਤਾ ਨਹੀਂ ਕੀ ਗੱਲਬਾਤ ਏ ਮੈਂ ਉਹਨਾਂ ਨੌਜਵਾਨਾਂ ਨੂੰ ਜਾ ਕੇ ਜਿਹੜੀ ਫਤਿਹ ਆ ਉਹ ਬੁਲਾਈ ਤੇ ਉਹਨਾਂ ਨੂੰ ਮੈਂ ਸਮਝਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਕਿ ਨੌਜਵਾਨੋ ਤੁਸੀਂ ਕਿਉਂ ਨਸ਼ੇ ਦੀ ਦਲਦਲ ਦੇ ਵਿੱਚ ਜਿਹੜਾ ਆ ਉਹ ਫਸ ਚੁੱਕੇ ਹੋਏ ਹੋ ਤੇ ਉਹ ਨੌਜਵਾਨ ਮੈਨੂੰ ਕਹਿਣ ਲੱਗੇ ਕਿ ਬਾਬਾ ਜੀ ਗਲਤੀ ਹੋ ਗਈ ਸੱਤ ਅੱਠ ਨੌਜਵਾਨ ਸਨ ਕਾਫੀ ਗੱਭਰੂ ਜਿਹੜੇ ਆ ਉਹ ਨੌਜਵਾਨ ਸਨ ਉੱਚੇ ਲੰਬੇ ਉਹਨਾਂ ਦੇ ਜਿਹੜੇ ਕੱਦ ਸਨ ਤੇ ਜਿੰਮ ਵੀ ਲਾਇਆ ਹੋਇਆ ਸੀ ਉਹਨਾਂ ਨੌਜਵਾਨਾਂ ਨੇ ਕਾਫੀ ਸਰੀਰ ਵੀ ਬਣਾਇਆ ਹੋਇਆ ਸੀ ਪਰ ਇਹ ਉਹ ਸਿਗਰਟਾਂ ਪੀ ਰਹੇ ਸਨ ਤੇ ਫਿਰ ਮੈਂ ਗੱਡੀ ਵਿੱਚ ਦੇਖਿਆ ਕਿ ਉਹਨਾਂ ਦੀ ਗੱਡੀ ਦੇ ਵਿੱਚ ਪਿਛਲੇ ਪਾਸੇ ਜਿਹੜੀ ਸ਼ਰਾਬ ਹੈ ਉਹ ਵੀ ਪਈ ਹੋਈ ਸੀ ਸੋ ਇਹ ਜਿਹੜੇ ਨੌਜਵਾਨ ਹੈ ਪੰਜਾਬ ਦੇ ਨੌਜਵਾਨ ਹੈ ਮੈਂ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਵੀਰੋ ਦੇਖੋ ਇਹ ਹਿੰਦ ਸਰਕਾਰ ਦੇ ਵੱਲੋਂ ਨਾ ਸਾਡੀ ਜਿਹੜੀ ਇੱਕ ਨਸ਼ਿਆਂ ਰਾਹੀਂ ਜਿਹੜੀ ਨਸਲ ਖੁਸ਼ੀ ਆ ਪੰਜਾਬ ਦੀ ਨੌਜਵਾਨੀ ਦੀ ਉਹ ਕੀਤੀ ਜਾ ਰਹੀ ਹੈ ਉਹਨਾਂ ਨੌਜਵਾਨਾਂ ਨੇ ਬੜੇ ਧਿਆਨ ਦੇ ਨਾਲ ਜਿਹੜੀ ਸਾਰੀ ਜਿਹੜੀ ਗੱਲਬਾਤ ਹੈ ਉਹ ਸੁਣੀ ਸੌਰੀ ਵੀ ਫੀਲ ਕੀਤੀ ਪਰ ਗੱਲ ਸੋਰੀ ਤਾਂ ਕਿਸਮਤ ਨਹੀਂ ਸੀ ਗੱਲ ਤਾਂ ਇਹ ਸੀ ਕਿ ਉਹ ਜਿਹੜੇ ਨੌਜਵਾਨ ਆ ਕਿਸੇ ਤਰੀਕੇ ਦੇ ਨਾਲ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਧਸ ਚੁੱਕੇ ਹੋਏ ਆ ਸੀ ਉਹਨਾਂ ਨੂੰ ਉਸ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਜਿਹੜਾ ਬਾਹਰ ਕੱਢਣ ਦਾ ਜਿਹੜਾ ਯਤਨ ਆ ਉਹ ਕਰੀਏ ਉਹਨਾਂ ਵਿੱਚੋਂ ਇੱਕ ਨੌਜਵਾਨ ਉਹਨੇ ਦੱਸਿਆ ਕਿ ਮੈਂ ਅੰਮ੍ਰਿਤਸਰ ਦਾ ਆ ਬਾਕੀ ਜਿਹੜੇ ਨੌਜਵਾਨ ਆ ਉਹ ਇੱਧਰ ਟਾਂਡੇਵਾਲ ਦੇ ਸਨ ਹੁਸ਼ਿਆਰਪੁਰ ਵਾਲ ਦੇ ਸਨ ਤੁਸੀਂ ਦੇਖੋ ਕਿ ਜਿਹੜੀ ਅੰਮ੍ਰਿਤਸਰ ਦੀ ਧਰਤੀ ਹੈ ਮਾਝੇ ਦੀ ਧਰਤੀ ਹੈ ਇਹਨੂੰ ਸ਼ਹੀਦਾਂ ਦੀ ਧਰਤੀ ਜਿਹੜਾ ਕਿਹਾ ਜਾਂਦਾ ਆ ਚੱਪੇ-ਚੱਪੇ ਉੱਥੇ ਜਿਹੜਾ ਇੱਥੇ ਸ਼ਹੀਦਾਂ ਦਾ ਜਿਹੜਾ ਖੂਨ ਇਹ ਡੁੱਲਿਆ ਆ ਇਸ ਧਰਤੀ ਦੀ ਉੱਤੇ ਬੜੇ-ਬੜੇ ਜਿਹੜੇ ਸੂਰਮੇ ਆ ਉਹ ਹੋਏ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਵਰਗੇ ਬਾਬਾ ਵੀਰ ਸਿੰਘ ਜੀ ਨਰੰਗਾ ਬਾਦ ਵਰਗੇ ਜੇਕਰ ਮੌਜੂਦਾ ਸੰਘਰਸ਼ ਦੀ ਗੱਲ ਕਰੀਏ ਤਾਂ ਬਾਬਾ ਗੁਰਵਚਨ ਸਿੰਘ ਜੀ ਮਾਨੋਚਾਹਲ ਵਰਗੇ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਵਰਗੇ ਭਾਈ ਸੁਖਵਿੰਦਰ ਸਿੰਘ ਜੀ ਸੰਘਾ ਵਰਗੇ ਜਿਹੜੇ ਸੂਰਮੇ ਆ ਉਹ ਇਸ ਧਰਤੀ ਦੇ ਉੱਤੇ ਹੋਏ ਆ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਆਪਾਂ ਗੱਲ ਕਰ ਲਈਏ ਪਰ ਇਸ ਸੂਰਮਿਆਂ ਦੀ ਧਰਤੀ ਨੂੰ ਸੂਰਮਿਆਂ ਦੀ ਧਰਤੀ ਨੂੰ ਹੁਣ ਖਤਮ ਕਰਨ ਵਾਸਤੇ ਨੌਜਵਾਨਾਂ ਦੇ ਵਿੱਚ ਜਿਹੜਾ ਜੁਝਾਰੂ ਜਜ਼ਬਾ ਆ ਜਿਹੜਾ ਲੜਨ ਮਰਨ ਦਾ ਜਿਹੜਾ ਜਜ਼ਬਾ ਆ ਜਾਂ ਜਿਹੜਾ ਗੁਰੂ ਪ੍ਰਤੀ ਉਹਨਾਂ ਦਾ ਅਟੁੱਟ ਸ਼ਰਧਾ ਆ ਪਿਆਰ ਹੈ ਵਿਸ਼ਵਾਸ ਆ ਉਹ ਤੋੜਨ ਦੇ ਜਿਹੜੇ ਯਤਨ ਆ ਉਹ ਕੀਤੇ ਜਾ ਰਿਹਾ ਹਕੂਮਤ ਨੇ ਇਸ ਧਰਤੀ ਦੇ ਉੱਤੇ ਵੀ ਪੂਰੇ ਪੰਜਾਬ ਦੀ ਧਰਤੀ ਦੇ ਉੱਤੇ ਵੀ ਜਿਹੜਾ ਨਸ਼ਾ ਆ ਉਹ ਸੁਟਿਆ ਹੋਇਆ ਹੈ ਵੇਖੋ ਪਹਿਲਾਂ ਹਕੂਮਤ ਨੇ ਸਾਨੂੰ ਟੈਂਕਾਂ ਤੋਪਾਂ ਬੰਬਾਂ ਦੇ ਨਾਲ ਮਾਰਿਆ 1984 ਦੇ ਵਿੱਚ ਕਿਵੇਂ ਸਾਡਾ ਜਿਹੜਾ ਕਤਲੇਆਮ ਆ ਉਹ ਕੀਤਾ ਅਤੇ ਇਸ ਤੋਂ ਬਾਅਦ ਦੀ ਦੇਖ ਕਰ ਆਪਾਂ ਗੱਲ ਕਰੀਏ ਤਾਂ ਫਿਰ ਸਾਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜਾ ਸ਼ਹੀਦ ਆ ਉਹ ਕੀਤਾ ਗਿਆ ਪਤਾ ਨਹੀਂ 1 ਲੱਖ ਦੇ ਕਰੀਬ ਜਿਹੜੀ ਸਾਡੀ ਨੌਜਵਾਨੀ ਆ ਉਹ ਹਿੰਦ ਸਰਕਾਰ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੀ ਤੇ ਉਹ ਜਿਹੜੀ ਨਸਲ ਖੁਸ਼ੀ ਆ ਉਹ ਬੰਦ ਨਹੀਂ ਹੋਈ ਅੱਜ ਵੀ ਜਿਹੜੀ ਸਾਡੀ ਨਸਲ ਖੁਸ਼ੀ ਆ ਉਹ ਹੋ ਰਹੀ ਆ ਹਕੂਮਤ ਨੇ 1995 ਤੋਂ ਬਾਅਦ ਜਾਂ ਇਹ ਕਹ ਲੀਏ ਜਦੋਂ ਦਾ ਹਥਿਆਰਬੰਦ ਸੰਘਰਸ਼ ਦੇ ਵਿੱਚ ਖੜੋਤ ਆਈ ਆ ਉਸ ਤੋਂ ਬਾਅਦ ਹਕੂਮਤ ਨੇ ਪੰਜਾਬ ਦੇ ਵਿੱਚ ਨਸ਼ਾ ਹੀ ਇੰਨਾ ਛੱਡ ਦਿੱਤਾ ਆ ਕਿ ਇਹ ਜਿਹੜੇ ਨੌਜਵਾਨ ਜਿਹੜੇ ਖਾਲਸਾਣ ਦੀ ਆਜ਼ਾਦੀ ਦੇ ਲਈ ਜਿਹੜੇ ਲੜਦੇ ਮਰਦੇ ਸਨ ਜਿਹੜੇ ਜੂਝਦੇ ਸਨ ਹਕੂਮਤ ਦੇ ਨਾਲ ਜਿਹੜੀ ਟੱਕਰ ਲੈਂਦੇ ਸਨ ਜਿਨ੍ਹਾਂ ਦੇ ਵਿੱਚ ਅਨਕ ਸੀ ਜਿਨ੍ਹਾਂ ਦੇ ਵਿੱਚ ਜਿਹੜਾ ਜਜ਼ਬਾ ਸੀ ਲੜਨ ਮਰਨ ਦਾ ਜਿਹੜਾ ਮਾਦਾ ਸੀ ਉਹ ਖਤਮ ਕਰਨ ਦਾ ਜਿਹੜਾ ਯਤਨ ਆ ਉਹ ਕੀਤੇ ਜਾ ਰਹੇ ਆ ਸਾਡੀ ਜਿਹੜੀ نسل ਖੁਸ਼ੀ ਆ ਉਹ ਕੀਤੀ ਜਾ ਰਹੀ ਮੈਂ ਉਹਨਾਂ ਨੌਜਵਾਨਾਂ ਨੂੰ ਬੜੇ ਤਰੀਕੇ ਦੇ ਨਾਲ ਤੇ ਬੜੇ ਡੂੰਘੇ ਤਰੀਕੇ ਦੇ ਨਾਲ ਜਿਹਦੀ ਗੱਲ ਸਮਝਾਉਣ ਦੀ ਜਿਹਦੀ ਕੋਸ਼ਿਸ਼ ਆ ਉਹ ਕੀਤੀ ਮੈਨੂੰ ਮਹਿਸੂਸ ਹੋਇਆ ਕਿ ਉਹ ਨੌਜਵਾਨ ਗੱਲਾਂ ਸੁਣ ਕੇ ਹਲੂਨੇ ਨਹੀਂ ਗਏ ਤੇ ਉਹਨਾਂ ਨੌਜਵਾਨਾਂ ਨੇ ਇਹ ਇਹ ਗੱਲ ਵੀ ਆਖੀ ਉਹਨਾਂ ਵਿੱਚੋਂ ਦੋ ਚਾਰ ਨੌਜਵਾਨਾਂ ਨੇ ਕਿ ਬਾਬਾ ਜੀ ਅਸੀਂ ਅੱਜ ਤੋਂ ਬਾਅਦ ਜਿਹੜੀ ਸਿਗਰਟ ਸ਼ਰਾਬ ਆ ਉਹ ਨਹੀਂ ਪੀਵਾਂਗੇ ਗੁਰੂ ਸਾਹਿਬ ਮਿਹਰ ਕਰਨ ਕਿ ਇਹ ਜਿਹੜੇ ਨੌਜਵਾਨ ਆ ਜਾਂ ਹੋਰ ਵੀ ਜਿੰਨੇ ਪੰਜਾਬ ਦੇ ਜਿਹੜੇ ਨੌਜਵਾਨ ਜਿਹਦੇ ਵਿਚਾਰੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਕੋਈ ਸ਼ਰਾਬ ਦੀ ਦਲਦਲ ਦੇ ਵਿੱਚ ਕੋਈ ਚਿੱਤੇ ਪੀ ਪੀ ਕੇ ਮਰੀ ਜਾਂਦਾ ਹਰ ਰੋਜ਼ ਜਦੋਂ ਅਖਬਾਰਾਂ ਪੜੀਦੀਆਂ ਆ ਸੋਸ਼ਲ ਮੀਡੀਆ ਦੇ ਉੱਤੇ ਦੇਖੀਦਾ ਆ ਕਿ ਅੱਜ ਇਹਨੇ ਨੌਜਵਾਨ ਨਸ਼ਿਆਂ ਦੇ ਨਾਲ ਮਰ ਗਏ ਜਿਹੜੇ ਚੰਗੇ ਭਲੇ ਜਿਹੜੇ ਖਿਡਾਰੀ ਆ ਉਹ ਉਹ ਨਸ਼ਿਆਂ ਦੇ ਨਾਲ ਜਿਹੜੇ ਮਰ ਰਹੇ ਆ ਤੁਸੀਂ ਦੇਖੋ ਕਿ ਕਿੱਦੇ ਵੱਡੇ ਤਰੀਕੇ ਦੇ ਨਾਲ ਹਕੂਮਤ ਵੱਲੋਂ ਜਿਹੜੀ ਸਾਡੀ ਨਸਲ ਗੁਸ਼ੀ ਕੀਤੀ ਜਾ ਰਹੀ ਹੈ ਦਿੱਲੀ ਹਕੂਮਤ ਦੇ ਵੱਲੋਂ ਇਹ ਮੋਦੀ ਸਰਕਾਰ ਵੱਲੋਂ ਇਹ ਕਾਂਗਰਸੀਆਂ ਵੱਲੋਂ ਜਾਂ ਜਿੰਨੀਆਂ ਵੀ ਪੰਜਾਬ ਦੀਆਂ ਜਾਂ ਸੂਬੇ ਦੀਆਂ ਜਾਂ ਕੇਂਦਰ ਸਰਕਾਰਾਂ ਆ ਇਹਨਾਂ ਦਾ ਸਾਰਿਆਂ ਦਾ ਜਿਹੜਾ ਮਕਸਦ ਆ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਵਿੱਚੋਂ ਜਿਹੜਾ ਸਿੱਖੀ ਦਾ ਜਿਹੜਾ ਬੋਲਬਾਲਾ ਆ ਪੰਥ ਦਾ ਜਿਹੜਾ ਬੋਲਬਾਲਾ ਆ ਉਹਨੂੰ ਖਤਮ ਕੀਤਾ ਜਾਵੇ ਉਹਨੂੰ ਢਾਹ ਲਾਈ ਜਾਵੇ ਪੰਜਾਬ ਦੀ ਜਿਹੜੀ ਨੌਜਵਾਨੀ ਦੇ ਵਿੱਚ ਜਿਹੜੀ ਅਣਖ ਆ ਉਹ ਉਹਨੂੰ ਜਿਹੜਾ ਆ ਉਹ ਮਾਰਿਆ ਜਾਵੇ ਇਹ ਹਰ ਤਰੀਕੇ ਦੇ ਨਾਲ ਸਾਨੂੰ ਜਿਹੜਾ ਮਾਰ ਮਕਾਉਣਾ ਚਾਹੁੰਦੇ ਆ ਕਿਤੇ ਸਾਨੂੰ ਜਿਹੜਾ ਹਿੰਦੂਤਵ ਦੇ ਵਿੱਚ ਜਿਹੜਾ ਜਜਬਿਆ ਉਹ ਕਰਨਾ ਚਾਹੁੰਦੇ ਇਹਨਾਂ ਨੂੰ ਲੱਗਦਾ ਆ ਕਿ ਜਿਹੜੇ ਜਿਹੜੇ ਸਿੱਖ ਅਸੀਂ ਇਸ ਪਾਸੇ ਨਹੀਂ ਲਿਆ ਸਕਦੇ ਇਹ ਉਹਨਾਂ ਨੂੰ ਡੇਰੇਦਾਰ ਇਹ ਈਸਾਈਆਂ ਵੱਲੋਂ ਉਦੋਂ ਈਸਾਈ ਬਣਾਉਣ ਦੇ ਯਤਨ ਵੀ ਕਰ ਰਹੀ ਆ ਕੁਝ ਨੂੰ ਇਹ ਨਸ਼ੀਆਂ ਰਾਹੀਂ ਜਿਹੜਾ ਮਾਰਨ ਦਾ ਜਿਹੜਾ ਯਤਨ ਆ ਉਹ ਕਰ ਰਹੀ ਆ ਤੇ ਬਹੁਤ ਸਾਰੀ ਜਿਹੜੀ ਸਾਡੀ ਜਿਹੜੀ ਨੌਜਵਾਨੀ ਆ ਉਹ ਵਿਦੇਸ਼ਾਂ ਨੂੰ ਵੀ ਜਾਈ ਜਾ ਰਹੀ ਆ ਦੇਖੋ ਇਹ ਸਾਡੇ ਲਈ ਇੱਕ ਬੜੀ ਵੱਡੀ ਜਿਹੜੀ ਨਾ ਆਪਾਂ ਇਹ ਵੀ ਕਹਿ ਸਕਦੇ ਖਤਰੇ ਦੀ ਘੰਟੀ ਹੈ ਇਹ ਸਾਡੇ ਸਿਰਾਂ ਦੇ ਉੱਤੇ ਇੱਕ ਜਿਹੜੀ ਤਲਵਾਰ ਆ ਉਹ ਲਟਕ ਰਹੀ ਆ ਸੋ ਸਾਰੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਦਮਦਮੀ ਟਕਸਾਲਿਆਂ ਨਿਹੰਗ ਸਿੰਘ ਸੰਪਰਦਾਵਾਂ ਆ ਜਾਂ ਇਹ ਕਹ ਲਈਏ ਧਾਰਮਿਕ ਰਾਜਨੀਤਿਕ ਜਾਂ ਜਿਹੜੀਆਂ ਸਮਾਜਿਕ ਸੰਸਥਾਵਾਂ ਆ ਉਹਨਾਂ ਸਾਰਿਆਂ ਨੂੰ ਇਹਦੇ ਉੱਤੇ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਆ ਅਸੀਂ ਆਪਣੇ ਜਿਹੜੇ ਨੌਜਵਾਨ ਆ ਉਨ੍ਹਾਂ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਜਿਹੜਾ ਜਰੂਰ ਹੈ ਉਹ ਕੱਢੀ ਇਹਨਾਂ ਨੌਜਵਾਨਾਂ ਦੇ ਨਾਲ ਨਫ਼ਰਤ ਵੀ ਨਾ ਕਰੀਏ ਜਿਹੜੇ ਵਿਚਾਰੇ ਨਸ਼ਿਆਂ ਦੀ ਦਲਦਲ ਦੇ ਵਿੱਚ ਧਸ ਚੁੱਕੇ ਹੋਏ ਆ ਫਸ ਚੁੱਕੇ ਹੋਏ ਆ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਚਾਹੇ ਪਿਆਰ ਦੇ ਨਾਲ ਚਾਹੇ ਹੋਰ ਤਰੀਕੇ ਦੇ ਨਾਲ ਅਸੀਂ ਫਰੇਰ ਕੇ ਤੇ ਇਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢੀਏ ਇਹਨਾਂ ਨੂੰ ਸਿੱਖੀ ਦੇ ਨਾਲ ਜੋੜੀਏ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਇਹਨਾਂ ਨੂੰ ਇਤਿਹਾਸ ਦੇ ਨਾਲ ਜੋੜੀਏ ਤੁਸੀਂ ਦੇਖੋ ਕਿ ਬਹੁਤ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਉਹ ਪੱਧਤ ਪੁਨੇ ਦੇ ਵਿੱਚ ਗਲਤਾਨ ਆ ਅੰਦਸ਼ੀਆਂ ਦੇ ਵਿੱਚ ਗਲਤਾਨ ਆ ਪਰ ਫਿਰ ਵੀ ਜਦੋਂ ਪੰਤ ਉੱਤੇ ਭੀੜ ਪੈਂਦੀ ਹੈ ਨਾ ਪੰਜਾਬ ਉੱਤੇ ਭੀੜ ਪੈਂਦੀ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਆ ਜਾਂ ਹੋਰ ਕੋਈ ਪੰਥਕ ਮਾਮਲਾ ਜਿਹੜਾ ਵੱਡੇ ਪੱਧਰ ਉੱਤੇ ਜਿਹੜਾ ਕੋਈ ਉਭਰਦਾ ਆ ਤਾਂ ਇਹ ਜਿਹੜੇ ਨੌਜਵਾਨ ਆ ਇਹ ਫਿਰ ਵੀ ਆਪਣੇ ਸਿਰਾਂ ਦੇ ਉੱਤੇ ਕਫਨ ਬਨ ਕੇ ਭਾਵੇਂ ਮੋਨੇ ਵੀ ਕਿਉਂ ਨਾ ਹੁੰਦੇ ਮੋਨੇ ਵੀ ਕਿਉਂ ਆ ਪਾਵੇ ਫਿਰ ਵੀ ਇਹ ਜਿਹੜੇ ਨੌਜਵਾਨ ਇਹਨਾਂ ਦੇ ਵਿੱਚ ਜੁਝਾਰੂ ਜਜ਼ਬਾ ਉਹ ਹਾਲੇ ਵੀ ਜਿਹੜਾ ਕਾਇਮ ਆ ਅਨਕਾਇਮ ਆ ਇਹ ਧਰਮ ਦੇ ਲਈ ਲੜਨ ਮਰਨ ਲਈ ਹਾਲੇ ਵੀ ਜਿਹੜਾ ਤਿਆਰ ਹੋ ਜਾਂਦੇ ਆ ਸੋ ਇਹਨਾਂ ਦੀ ਜਿਹੜੀ ਸ਼ਕਤੀ ਆ ਉਹਨਾਂ ਨੂੰ ਸਹੀ ਪਾਸੇ ਜਿਹੜਾ ਆ ਉਹ ਵਰਤਣ ਦੀ ਲੋੜ ਆ ਵੇਖੋ ਅੱਜ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਆ ਗੈਂਗਸਟਰ ਵੀ ਬਣਦੇ ਜਾ ਰਹੇ ਆ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਸਾਡੇ ਉਹ ਦੁਝਾਰੂ ਬਣ ਕੇ ਜਿਹੜੇ ਹਿੰਦ ਹਕੂਮਤ ਵਿਰੁੱਧ ਵੀ ਲੜ ਕੇ ਜਿਹੜਾ ਸ਼ਹੀਦ ਹੋਏ ਸੀ ਪਰ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਆਪਾਂ ਸ਼ਹੀਦ ਕਹਿੰਦੇ ਆ ਉਹਨਾਂ ਦਾ ਕੌਮ ਦੇ ਵਿੱਚ ਕਿੰਨਾ ਮਾਨ ਸਤਕਾਰ ਆ ਇਤਿਹਾਸ ਵਿੱਚ ਉਹਨਾਂ ਦਾ ਜਿਹੜਾ ਨਾਂ ਆ ਦਰਜ ਹੋ ਗਿਆ ਭਾਵੇਂ ਬਹੁਤ ਸਾਰੇ ਨੌਜਵਾਨ ਸਾਡੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਵੀ ਸਰਕਾਰ ਨੇ ਸ਼ਹੀਦ ਕੀਤੇ ਪਰ ਉਹਨਾਂ ਦਾ ਨਾਂ ਵੀ ਇਤਿਹਾਸ ਵਿੱਚ ਦਰਜ ਆ ਪਰ ਖਾਲਸਾ ਦੀ ਅੱਜ ਆ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਮਾਰੇ ਆ ਇਹ ਕਿਹੜੇ ਲੇਖੇ ਲੱਗਣਗੇ ਵਿਚਾਰੇ ਆ ਜਿਹੜੇ ਗੈਂਗਸਟਰ ਬਣ ਕੇ ਆਪਸ ਵਿੱਚ ਹੀ ਲੜਾਈਆਂ ਕਰ ਕਰਕੇ ਜਿਹੜੇ ਮਰ ਰਹੇ ਆ ਤੁਸੀਂ ਦੇਖੋ ਕਿ ਇਹ ਵਿਚਾਰੇ ਕਿਹੜੇ ਲੇਖੇ ਲੱਗਣਗੇ ਸੋ ਨੌਜਵਾਨਾਂ ਨੂੰ اپੀਲ ਆ ਕਿ ਨੌਜਵਾਨੋ ਆਪਣਾ ਜਿਹੜਾ ਤੁਹਾਡੇ ਵਿੱਚ ਜਿਹੜਾ ਜਜ਼ਬਾ ਹੈ ਨਾ ਉਹਨੂੰ ਸਹੀ ਪਾਸੇ ਜੜਾ ਆ ਵਰਤੋ ਤੁਸੀਂ ਸਾਡੇ ਪੰਥ ਦਾ ਸਾਡੇ ਪੰਜਾਬ ਦਾ ਭਵਿੱਖ ਹੋ ਹਰੇਕ ਕੌਮ ਨੂੰ ਨੌਜਵਾਨੀ ਤੋਂ ਬੜੀਆਂ ਵੱਡੀਆਂ ਜਿਹੜੀਆਂ ਆਸਾਂ ਆ ਉਹ ਹੁੰਦੀਆਂ ਆ ਇਹ ਜਿਹੜੇ ਨੌਜਵਾਨੀ ਆ ਨਾ ਇਹ ਮਤਲਬ ਕਿ ਕੋਮਾ ਦੀ ਰੀਡ ਦੀ ਹੱਡੀ ਹੁੰਦੀ ਆ ਪਰ ਅੱਜ ਜਿਹੜੇ ਸਾਡੇ ਨੌਜਵਾਨ ਜਦੋਂ ਵੇਖੀਦਾ ਜਾ ਕਿ ਉਹ ਚਿੱਟੀਆਂ ਦੇ ਨਾਲ ਮਾਰੇ ਚਟਾ ਪੀ ਪੀ ਕੇ ਵਿਚਾਰੇ ਮਾਰੇ ਆ ਕੋਈ ਹੋਰ ਨਸ਼ਿਆਂ ਦੇ ਨਾਲ ਮਾਰ ਰਿਹਾ ਆ ਸੋ ਨੌਜਵਾਨ ਨੂੰ ਆਪਣੀ ਜਿਹੜੀ ਜ਼ਿੰਦਗੀ ਆ ਦੇਖੋ ਮਨੁੱਖਾ ਜਿਹੜੀ ਜ਼ਿੰਦਗੀ ਆ ਇਹ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੋਂ ਬਾਅਦ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ ਸੋ ਇਹ ਮਨੁੱਖਾ ਜਿਹੜਾ ਜੀਵਨ ਹੈ ਇਹਦੇ ਵਿੱਚ ਨਾ ਸਤਗੁਰਾਂ ਨੇ ਸਾਨੂੰ ਜਿਹੜੀ ਸਰਦਾਰੀ ਆ ਉਹ ਬਖਸ਼ਿਸ਼ ਕੀਤੀ ਹੋਈ ਹੈ ਮਨੁੱਖ ਨੂੰ ਸਰਦਾਰੀ ਇਸ ਧਰਤੀ ਮੈਂ ਤੇਰੀ ਸਰਦਾਰੀ ਮਨੁੱਖ ਨੂੰ ਜਿਹੜਾ ਸਰਦਾਰ ਆ ਉਹ ਬਣਾਇਆ ਆ ਭਾਵੇਂ ਕਿ ਵੇਖੋ ਕਿੰਨੇ ਇੱਥੇ ਸੰਸਾਰ ਦੇ ਵਿੱਚ ਜੀਵ ਜੰਤੂ ਹੁੰਦੇ ਆ ਪਰ ਜਿਹੜੀ ਸਿਕਦਾਰੀ ਆ ਉਹ ਮਨੁੱਖ ਨੂੰ ਬਖਸ਼ਿਸ਼ ਕੀਤੀ ਹੈ ਪਰ ਜਿਹੜਾ ਹੁਣ ਮਨੁੱਖ ਹੈ ਇਦਾਂ ਸਾਡੀ ਜਿਹੜੀ ਨੌਜਵਾਨੀ ਆ ਉਹ ਕਿੱਧਰ ਨੂੰ ਜਿਹੜਾ ਤੁਰਦੀ ਜਾ ਰਹੀ ਆ ਸੋ ਇਹਦੇ ਪਿੱਛੇ ਇਹ ਨੌਜਵਾਨ ਵੀ ਨਹੀਂ ਆ ਆਪਾਂ ਇਹਨਾਂ ਨੌਜਵਾਨਾਂ ਨੂੰ ਵੀ ਦੋਸ਼ ਨਹੀਂ ਦੇ ਸਕਦੇ ਸਰਕਾਰਾਂ ਨੇ ਮਾਹੌਲ ਹੀ ਇਦਾਂ ਦਾ ਸਿਰਜਿਆ ਹੋਇਆ ਆ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਨੂੰ ਜਿਹੜਾ ਖਤਮ ਆ ਉਹ ਕੀਤਾ ਜਾਵੇ ਸੋ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਸੀ ਕਿ ਕੁਝ ਨੌਜਵਾਨ ਅੰਮ੍ਰਿਤਸਰ ਦੇ ਸਨ ਤੇ ਕੁਝ ਇੱਧਰ ਹੁਸ਼ਿਆਰਪੁਰ ਦੁਆਬੇ ਹੁਣ ਜੇਕਰ ਦੁਆਬੇ ਦੀ ਧਰਤੀ ਦੀ ਗੱਲ ਕਰੀਏ ਤਾਂ ਇਹ ਵੀ ਬੱਬਰ ਅਕਾਲੀਆਂ ਦੀ ਧਰਤੀ ਆ ਇਸ ਧਰਤੀ ਦੀ ਉੱਤੋਂ ਇਹ ਵੀ ਬੜੇ ਬੜੇ ਵੱਡੇ ਜਿਹੜੇ ਯੋਧੇ ਆ ਉਹਨਾਂ ਦਾ ਜਿਹੜਾ ਜਨਮ ਆ ਉਹ ਹੋਇਆ ਆ ਬੜੀਆਂ ਮੱਲਾ ਮਾਰੀਆਂ ਆ ਹੁਸ਼ਿਆਰਪੁਰ ਦੇ ਵਿੱਚ ਭਾਈ ਜਸਵੀਰ ਸਿੰਘ ਲਾਲੀ ਹੋਏ ਆ ਦੁਸ਼ਟ ਸੋਧਕ ਮੰਡਵ ਫੋਰਸ ਦੇ ਜਰਨੈਲ ਸੋ ਉਹਨਾਂ ਨੇ ਕੌਮ ਦੇ ਵਾਸਤੇ ਬੜੀਆਂ ਵੱਡੀਆਂ ਜਿਹੜੀਆਂ ਕੁਰਬਾਨੀਆਂ ਆ ਕੀਤੀਆਂ ਇੱਥੋਂ ਦੇ ਨੌਜਵਾਨਾਂ ਨੇ ਜਿਹੜੀਆਂ ਸ਼ਹਾਦਤਾਂ ਆ ਉਹ ਦਿੱਤੀਆਂ ਆ ਨੌਜਵਾਨਾਂ ਨੂੰ ਬੇਨਤੀ ਆ ਕਿ ਉਹ ਸਿੱਖੀ ਦੇ ਨਾਲ ਜੁੜਨ ਦੇ ਗੁਰਬਾਣੀ ਇਤਿਹਾਸ ਦੇ ਨਾਲ ਜੁੜਨ ਦੇ ਮੈਂ ਬਾਕੀ ਵੀਰਾਂ ਨੂੰ ਸੰਸਥਾਵਾਂ ਨੂੰ ਵੀ ਬੇਨਤੀ ਕਰਦਾ ਆ ਕਿ ਜਿਹੜੇ ਤੁਹਾਡੇ ਆਸ-ਪਾਸ ਨੌਜਵਾਨ ਨਸ਼ੇ ਕਰ ਰਹੇ ਆ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਪ੍ਰੇਰ ਕਰਕੇ ਤੇ ਉਹਨਾਂ ਨੂੰ ਨਸ਼ਿਆਂ ਦੀ ਗਲਤਾਨ ਦੇ ਵਿੱਚੋਂ ਨਸ਼ਿਆਂ ਦੀ ਦਸ-ਦਸ ਦੇ ਵਿੱਚੋਂ ਜਿਹੜਾ ਕੱਢਣ ਦਾ ਜਿਹੜਾ ਯਤਨ ਆ ਉਹ ਆਪਾਂ ਕਰੀਏ ਤੇ ਇਹ ਜਿਹੜੇ ਨੌਜਵਾਨ ਆ ਇਹ ਕੌਮ ਦੇ ਵਾਸਤੇ ਬਹੁਤ ਕੁਝ ਜਿਹੜਾ ਆ ਉਹ ਕਰ ਸਕਦੇ ਆ ਸੋ ਮੈਂ ਜਿਹੜੇ ਨੌਜਵਾਨ ਅੱਜ ਮੈਨੂੰ ਮਿਲੇ ਮੈਂ ਉਹਨਾਂ ਨੌਜਵਾਨਾਂ ਨੂੰ ਬਾਅਦ ਵਿੱਚ ਉਹਨਾਂ ਦੇ ਹੱਥ ਸੁਚੇ ਕਰਾ ਕੇ ਉਹਨਾਂ ਨੂੰ ਜਿਹੜਾ ਫਤਿਹਨਾਮਾ ਮੈਗਜ਼ੀਨ ਹੈ ਉਹ ਵੀ ਦਿੱਤਾ ਦੇ ਇਹਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਜਾਂ ਭਾਈ ਸੰਦੀਪ ਸਿੰਘ ਦੀਪ ਸਿੱਧੂ ਬਾਰੇ ਬਹੁਤ ਕੁਝ ਛਪਿਆ ਹੋਇਆ ਸੀ ਮੈਂ ਕਿਹਾ ਵੀਰੂ ਇਹ ਪੜੋ ਤੇ ਆਪਣੀ ਜਿਹੜੀ ਜਵਾਨੀ ਆ ਨਾ ਉਹਨੂੰ ਸਹੀ ਪਾਸੇ ਜੜਾ ਆ ਉਹ ਲਾਓ ਕੌਮ ਵਾਸਤੇ ਪੰਥ ਵਾਸਤੇ ਧਰਮ ਵਾਸਤੇ ਸਮਾਜ ਵਾਸਤੇ ਮਨੁੱਖਤਾ ਦੀ ਰਾਖੀ ਦੇ ਵਾਸਤੇ ਸਰਬੱਤ ਦੇ ਭਲੇ ਦੇ ਵਾਸਤੇ ਜਿਹੜੇ ਕਾਰਜ ਆ ਉਹ ਕਰੋ ਇਹਨਾਂ ਨੌਜਵਾਨਾਂ ਨੇ ਆਪਣੀਆਂ ਮਜਬੂਰੀਆਂ ਵੀ ਕੁਝ ਦਸੀਆਂ ਪਰ ਜੇਕਰ ਉਹ ਮਜਬੂਰੀਆਂ ਜਾਂ ਹਾਲਾਤ ਉਹਨਾਂ ਦੇ ਇਦਾਂ ਦੇ ਬਣ ਗਏ ਪਰ ਇਹ ਨਹੀਂ ਹੈ ਕਿ ਉਹ ਨਸ਼ੇ ਕਰਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਹੀ ਤਬਾਹ ਕਰ ਲੈਣ ਕੋਈ ਨੌਜਵਾਨ ਕਹਿੰਦਾ ਸੀ ਕਿ ਮੈਂ ਕਹਿੰਦਾ ਕਿ ਮੈਂ ਐਮਏ ਪੜਿਆ ਪਰ ਮੈਨੂੰ ਜਿਹੜੀ ਨੌਕਰੀ ਆ ਉਹ ਨਹੀਂ ਮਿਲਦੀ ਮਿਲਦੀ ਪਈ ਜਿੱਥੇ ਵੀ ਕਰਦੇ ਆ ਸਿਫਾਰਿਸ਼ਾਂ ਚੱਲਦੀਆਂ ਆ ਹਨਾ ਇੱਕ ਨੌਜਵਾਨ ਨੇ ਆਖਿਆ ਕਿ ਏਜੰਟ ਜਿਹੜਾ ਹੈਗਾ ਉਹ ਮੇਰਾ 25 ਲੱਖ ਰੁਪਏ ਮਾਰ ਕੇ ਭੱਜ ਗਿਆ ਹਨਾ ਹੋਰ ਵੀ ਕਈ ਨੌਜਵਾਨਾਂ ਨੇ ਕਿਹਾ ਕਿ ਸੰਗਤ ਹੀ ਇਦਾਂ ਦੀ ਮਿਲ ਗਈ ਬਾਬਾ ਜੀ ਕਹਿੰਦੇ ਕੀ ਕਰੀਏ ਮਾਰੀ ਸੰਗਤ ਦੇ ਵਿੱਚ ਅਸੀਂ ਜਿਹੜਾ ਆ ਉਹ ਪੈ ਗਏ ਤੇ ਕਿਸੇ ਨੇ ਰੋਕਿਆ ਵੀ ਨਹੀਂ ਸੋ ਇਸ ਕਰਕੇ ਸਾਨੂੰ ਆਲੇ-ਦੁਆਲੇ ਝਾਤ ਮਾਰਨ ਦੀ ਲੋੜ ਆ ਆਪਣੇ ਨੌਜਵਾਨਾਂ ਨੂੰ ਸੰਭਾਲ ਕੇ ਜਿਹੜਾ ਰੱਖਣ ਦੀ ਲੋੜ ਆ ਮਾਪਿਆਂ ਦਾ ਵੀ ਫਰਜ਼ ਬਣਦਾ ਆ ਤੇ ਗਵਾਂਡੀਆਂ ਦਾ ਵੀ ਫਰਜ਼ ਬਣਦਾ ਆ ਹੋਰ ਜਿਹੜੇ ਆਸੇ-ਪਾਸੇ ਜਿਨ੍ਹਾਂ ਦੇ ਨਾਲ ਸਾਡੀ ਕੋਈ ਬਹਿਣੀ ਖਲੋਣੀ ਹੁੰਦੀ ਏ ਕੋਈ ਜਾਣ ਪਹਿਚਾਨ ਹੁੰਦੀ ਏ ਉਹਨਾਂ ਵੱਲ ਵੇਖਿਆ ਕਰੀਏ ਕਿ ਜਿਹੜੇ ਨੌਜਵਾਨ ਆ ਉਹ ਕਿਤੇ ਨਸ਼ਿਆਂ ਦੀ ਦਸ-ਦਸ ਦੇ ਵਿੱਚ ਪਾ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਤਬਾਹ ਨਾ ਕਰ ਲੈਣ। ਤੁਸੀਂ ਦੇਖੋ ਹਰ ਰੋਜ਼ ਦੀਆਂ ਅਖਬਾਰਾਂ ਪੜ੍ਹ ਕੇ ਦੇਖੋ ਕਿੰਨੇ ਨੌਜਵਾਨ ਵਿਚਾਰੇ ਜਿਹੜੇ ਨਸ਼ਿਆਂ ਦੇ ਨਾਲ ਜਿਹੜੇ ਉਹ ਉਹ ਮਰ ਰਹੇ ਆ। ਸੋ ਇਹ ਜਿਹੜੇ ਨੌਜਵਾਨ ਆ ਜੇ ਕਿਤੇ ਇਹਨਾਂ ਦੀ ਜ਼ਿੰਦਗੀ ਧਰਮ ਦੇ ਲੇਖੇ ਲੱਗੇ ਤੇ ਜੁਗਾਂ-ਜੁਗਾਂ ਤੱਕ ਇਹਨਾਂ ਦਾ ਜਿਹੜਾ ਨਾਮ ਆ ਉਹ ਹੋਵੇ ਪਰ ਸਰਕਾਰ ਚਾਹੁੰਦੀ ਏ ਕਿ ਹੁਣ ਇਹਨਾਂ ਨੂੰ ਮਾਰਨਾ ਵੀ ਆ। ਪਰ ਮਾਰਨਾ ਵੀ ਇਸ ਤਰੀਕੇ ਦੇ ਨਾਲ ਆ ਕਿ ਲੋਕ ਵੀ ਇਹਨਾਂ ਨੌਜਵਾਨਾਂ ਤੋਂ ਜਿਹੜੀ ਨਫ਼ਰਤ ਆ ਉਹ ਕਰ ਲੈਣ। ਸੋ ਇਸ ਕਰਕੇ ਵੀਰੋ ਆਪਾਂ ਕੋਸ਼ਿਸ਼ ਕਰੀਏ ਕਿ ਇਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਜਿਹੜਾ ਕੱਢੀਏ ਜਿਹੜੇ ਨੌਜਵਾਨ ਇਸ ਦਲਦਲ ਦੇ ਵਿੱਚ ਫਸੇ ਹੋਏ ਆ ਵੀਰੋ ਆਪਣਾ ਜਿਹੜਾ ਭਵਿੱਖ ਹੈ ਆਪਣੀ ਕੌਮ ਦਾ ਜਿਹੜਾ ਭਵਿੱਖ ਹੈ ਉਹਨੂੰ ਸੁਨਹਿਰੀ ਬਣਾਉਣ ਦੇ ਲਈ ਜਿਹੜਾ ਕੰਮ ਆ ਉਹ ਕਰੋ ਇਸ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਤੁਸੀਂ ਨਿਕਲ ਸਕਦੇ ਹੋ ਗੁਰੂ ਪਾਤਸ਼ਾਹ ਜੀ ਜਰੂਰ ਰਹਿਮਤ ਕਰਨਗੇ ਤੁਸੀਂ ਵੀ ਜਿਹੜੀ ਕੋਸ਼ਿਸ਼ ਆ ਉਹ ਉਹ ਜਰੂਰ ਕਰੋ ਗੁਰਦੁਆਰੇ ਸਾਹਿਬ ਜਾਇਆ ਕਰੋ ਗ੍ਰੰਥੀ ਸਿੰਘ ਤੋਂ ਉਹਦੀ ਗੁਰਬਾਣੀ ਦੀ ਜਿਹੜੀ ਸੰਥਿਆ ਆ ਉਹ ਪ੍ਰਾਪਤ ਕਰਿਆ ਕਰੋ ਇਤਿਹਾਸ ਦੀਆਂ ਜਿਹੜੀਆਂ ਕਿਤਾਬਾਂ ਆ ਉਹ ਪੜਿਆ ਕਰੋ ਸੰਤ ਬਾਬਾ ਜਰਨੈਲ ਸਿੰਘ ਦੀ ਖਾਸਾ ਭਿੰਡਰਾ ਵਾਲਿਆਂ ਦੀਆਂ ਜਿਹਦੀਆਂ ਸਪੀਚਾਂ ਆ ਉਹ ਸੁਣਿਆ ਕਰੋ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਜਿਹੜਾ ਬਦਲਾਅ ਆ ਉਹ ਉਹ ਆਵੇਗਾ ਸੋ ਇੰਨੀਆਂ ਕੋ ਜਿਹੜੀਆਂ ਆਪ ਸੰਗਤ ਦੇ ਨਾਲ ਜਿਹੜੀਆਂ ਵਿਚਾਰਾਂ ਕਰਨੀਆਂ ਸਨ ਸੋ ਆਪਣੇ ਆਲੇ ਦੁਆਲੇ ਵੱਲ ਜਿਹੜੀ ਜ਼ਰੂਰ ਚਾਹਤ ਆ ਉਹ ਮਾਰੋ ਮੇਰੀ ਅਰਦਾਸ ਇਹ ਹੈ ਕਿ ਅੱਜ ਜਿਹੜੇ ਨੌਜਵਾਨ ਮੈਨੂੰ ਮਿਲੇ ਆ ਜਿਨ੍ਹਾਂ ਨਾਲ ਮੈਂ ਸਮਝਾਉਣ ਦਾ ਯਤਨ ਕੀਤਾ ਆ ਉਹ ਨੌਜਵਾਨ ਨਸ਼ਿਆਂ ਦੀ ਦਰਦਦਰ ਦੇ ਵਿੱਚੋਂ ਜਿਹੜਾ ਬਾਹਰ ਆ ਉਹ ਹੋ ਜਾਣ ਸਤਿਗੁਰੂ ਮਿਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ